कुछ के हाथा हनेरा जरेगा कि मैं चुप रहा था शमादान की कहण गे गीत दी मौत इस रात जे हो गई मेरा जीना मेरे यार किंज सैण गे जो विदेशा चुरुल दे ने रोजी लई वो जदों देश परतंगे अपने कदी कुछ तसे कंगे मां दे सिरे दी अगं बाकी कबरां दे रुख हेठ जा बैणगे कुछ के हाथा हनेरा जरेगा किवें चुप रहा ता शमादान की कहणगे। सुरजीत पात्र साहब होरां दे नां ते खुल के ताड़ी मार दो एक बारी। बहुत बहुत मेहरबानी, रब राजी रखे, थोनू तंदुरुस्तियां बख्शे। मेरे टीचर रहे ने पात्र साहब, मैनू सुभाग प्राप्त होया उन्हां तों पंजाबी साडी बीएससी एग्रीकल्चर च। बहुत लाउड ਪੰਜਾਬੀ ਪੜ੍ਹਨ ਦਾ। ਸੋ ਮੈਂ ਸ਼ਿਵ ਦੀ ਕਿਤਾਬ ਇੱਕ ਗਾਣਾ ਗਾਇਆ ਸੀ, ਉਹਦਾ ਜ਼ਿਕਰ ਵੀ ਕੀਤਾ ਸੀ ਉਹਦੇ ਵਿੱਚ। ਸੋ ਦੋ ਲਾਈਨਾਂ ਸ਼ਿਵ ਦੀ ਕਿਤਾਬ ਦੇ। ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਲਾਉਣ ਦੇ ਗੁਲਾਬ ਵਰਗੀ ਤੇ ਮੈਂ ਘੀਰਿਆਂ ਚ ਉਗਰੀ ਚੜਾਈ ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਅਵਤਾਰ ਸਿੰਘ ਪਾਸ਼ ਇੱਕ ਰਾਈਟਰ ਹੋਏ ਨੇ, ਤੁਸੀਂ ਸ਼ਾਇਦ ਕਿਸੇ ਨੇ ਪੜ੍ਹਿਆ ਹੋਵੇ। ਮੇਰੇ ਦੋਸਤ ਬੈਠੇ ਹੋ ਸਾਡੇ ਚੇਤਿਆਂ ਚ ਕਈਆਂ ਤੇ ਦਾਤੀਆਂ ਦੇ ਗੀਤ ਥੋੜੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ ਉਹ ਬਾਲੀਵੁੱਡ ਦੇ ਸ਼ਬਾਬ ਵਰਗੀ ਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ। ਪ੍ਰੋਫੈਸਰ ਅਜਮੇਰ ਸਿੰਘ ਔਲਖ ਜਿਨ੍ਹਾਂ ਨੇ ਗਰੀਬਾਂ ਦੇ ਲਈ, ਕਿਸਾਨਾਂ ਦੇ ਲਈ ਨਾਟਕ ਲਿਖੇ। ਔਰ ਪਾਤਰ ਸਾਹਿਬ ਨੇ ਲਿਖਿਆ ਕੈਸੀ ਤਰਾਸਦੀ ਹੈ, ਕਹਿੰਦਾ ਮੇਰੀ ਮਾਂ ਬੋਲੀ 'ਚ ਲਿਖੀ ਕਵਿਤਾ ਮੇਰੀ ਮਾਂ ਨੂੰ ਨਹੀਂ ਸਮਝ ਆਉਂਦੀ। ਜਿਨ੍ਹਾਂ ਲੋਕਾਂ ਖਾਤਰ ਉਹਨਾਂ ਨੇ ਲਿਖਿਆ, ਜਿਹੜੇ ਰਾਈਟਰ ਹੋਏ ਨੇ ਮਹਾਨ, ਉਹ ਉਹਨਾਂ ਨੂੰ ਜਾਣਦੀ ਨਹੀਂ। ਉਹਨੂੰ ਜਾਪਦਾ ਕਿ ਕਵਿਤਾ ਰੋਮਾਂਸ ਹੀ ਇਹ ਹੁੰਦੀ, ਮੈਨੂੰ ਪਤਾ ਹੈ ਕਿ ਕਵਿਤਾ ਦੁਖਾਂਤ ਵੀ ਇਹ ਹੁੰਦੀ। ਉਹ ਵੱਧਦੇ ਵਿਆਜ ਵਰਗੀ ਤੇ ਮੈਂ ਜੰਮਦਾ ਹੀ ਮੁੱਢੋਂ ਕਰਜ਼ਾਈ ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਗੁਰਵਿੰਦ ਰਾਓ ਪਾਤਰ ਦੀ ਸ਼ਾਇਰੀ ਜਿਹੀ ਹੋ ਜੇ ਸਾਡੇ ਪਿੰਡ ਵਾਲੀ ਕਣਕ ਸੁਨਹਿਰੀ ਜਿਹੀ ਹੋ ਜੇ ਗੁਰਵਿੰਦ ਰਾਓ ਪਾਤਰ ਦੀ ਸ਼ਾਇਰੀ ਜਿਹੀ ਹੋ ਜੇ ਸਾਡੇ ਪਿੰਡ ਵਾਲੀ ਕਣਕ ਸੁਨਹਿਰੀ ਜਿਹੀ ਹੋ ਜੇ ਥੋੜੀ ਲਾਲੇ ਦੇ ਹਿਸਾਬ ਵਰਗੀ ਜਿਹੜੀ ਬਾਕੀ ਬੱਚੀ ਮੇਰੇ ਹਿੱਸੇ ਆਈ ਸ਼ਿਵ ਦੀ ਕਿਤਾਬ ਵਰਗੀ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ। ਹਲਕੀ ਜੀ ਤਾੜੀ ਮਾਰ ਦਿਓ, ਬਹੁਤ ਬਹੁਤ ਮਿਹਰਬਾਨੀ। ਗਾਣਾ ਹੋਰ ਸੁਣਾਉਣ ਲੱਗਿਆ ਸੀ, ਯਾਦ ਹੋਰ ਆ ਗਿਆ।